ਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਸਤਵੰਤ ਕੌਰ ਜੀ ਜੋ ਕਿ ਪਿਛਲੇ ਐਤਵਾਰ 20 ਮਈ 2018 ਨੂੰ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਅੰਤਮ ਅਰਦਾਸ ਅੱਜ ਮਿਤੀ 27/5/2018 ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੀਪਨਗਰ ਵਿਖੇ ਕੀਤੀ ਗਈ, ਜੋ ਕਿ ਮੇਰੇ ਮਾਸੀ ਜੀ ਲੱਗਦੇ ਸਨ। ਇਹਨਾਂ ਦਾ ਆਪਣੇ ਸਾਰੇ ਹੀ ਰਿਸ਼ਤੇਦਾਰਾਂ ਨਾਲ ਬਹੁਤ ਹੀ ਪਿਆਰ ਸੀ ਅਤੇ ਜਦੋਂ ਵੀ ਕੋਈ ਰਿਸ਼ਤੇਦਾਰ ਘਰ ਆਉਂਦਾ ਸੀ ਤਾਂ ਇਹਨਾਂ ਨੂੰ ਬਹੁਤ ਹੀ ਖੁਸ਼ੀ ਚੜ੍ਹ ਜਾਂਦੀ ਸੀ। ਭਾਵੇਂ ਕਿ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਜਵਾਨ ਪੁੱਤਰ ਰਘਵੀਰ ਸਿੰਘ ਬੈਂਸ, ਜੋ ਕਿ ਲਗਭਗ ਪਿਛਲੇ 12 ਸਾਲ ਪਹਿਲਾਂ ਸਵਰਗ ਸਾਰ ਗਏ ਸਨ, ਉਹਨਾਂ ਦਾ ਵੀ ਦੁੱਖ ਇਹਨਾਂ ਦੇ ਸਿਰ 'ਤੇ ਸੀ, ਪਰ ਫਿਰ ਵੀ ਇਹਨਾਂ ਨੇ ਆਪਣੇ ਪਰਿਵਾਰ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਪਾਲਿਆ ਪੋਸਿਆ, ਉਹਨਾਂ 'ਤੇ ਰਹਿਨਮਾਈ ਕੀਤੀ ਹੈ ਅਤੇ ਜੋ ਵੀ ਇਹਨਾਂ ਦੇ ਰਿਸ਼ਤੇਦਾਰ ਦੂਰ ਨੇੜੇ ਤੋਂ ਆਉਂਦੇ ਸਨ ਉਹਨਾਂ ਨਾਲ ਬਹੁਤ ਹੀ ਪਿਆਰ ਕਰਦੇ ਸਨ। ਮੈਂ ਗੱਲ ਕਰਨ ਜਾ ਰਿਹਾ ਆਪਣੀ ਦਾਦੀ ਦੀ, ਸਤਵੰਤ ਕੌਰ ਬੀਜੀ ਦੀ। ਬੀਜੀ ਸਾਡੇ ਉਹ ਬੋਰਡ ਦਾ ਵਿਕ ਸੀ ਜਿਨ੍ਹਾਂ ਨੇ ਸਾਰਿਆਂ ਨੂੰ ਇੱਕ ਦੂਜੇ ਨਾਲ ਮੇਲ ਜੋੜ ਕੇ, ਕਿ ਇਕੱਲੇ ਇਕੱਲੇ ਬੰਦੇ ਨੂੰ ਇੱਕ ਦੂਜੇ ਨਾਲ ਪਿਆਰ ਕਰਨਾ ਸਿਖਾਇਆ ਸਾਨੂੰ। ਅੱਜ ਅਸੀਂ ਜੋ ਵੀ ਹਾਂ ਉਹਨਾਂ ਦਾ ਪਿਆਰ ਸਦਕਾ, ਉਹਨਾਂ ਦੇ ਸੰਸਕਾਰ, ਉਹਨਾਂ ਦੇ ਸਭ ਕੁਛ। ਮੈਂ ਤੁਹਾਨੂੰ ਕੀ ਗੱਲ ਕਹਾਂ ਕਿ ਅਸੀਂ ਕਿ ਸ਼ਬਦ ਨਹੀਂ ਹੈਗੇ ਉਹਨਾਂ ਦੇ ਪ੍ਰਤੀ ਜੋ ਅਸੀਂ ਹੈਗੇ ਹਾਂ ਇਸ ਟਾਈਮ। ਪਿਤਾ ਜੀ ਸਾਡੇ ਸਰਦਾਰ ਰਘਵੀਰ ਸਿੰਘ ਬੈਂਸ, ਉਹਨਾਂ ਦੀ 28 ਦਸੰਬਰ 2007 ਵਿੱਚ ਡੈਥ ਹੋਈ। ਅਸੀਂ ਉਦੋਂ ਛੋਟੇ ਸੀ, ਸਾਡੀ ਮਦਰ ਨੇ ਸਾਨੂੰ ਪੂਰਾ ਸਹਾਰਾ, ਸਾਰੇ ਭੈਣ ਭਰਾਵਾਂ ਦਾ ਸਹਾਰਾ, ਬੜਾ ਹੀ ਪਿਆਰ ਮਿਲਿਆ ਦਾਦੀ ਦੇ ਕੋਲੋਂ। ਜੋ ਵੀ ਹੈ ਉਹਨਾਂ ਦੀ ਰਹਿਮ ਸਦਕੇ ਹਾਂ ਜਿੱਥੇ ਵੀ ਪਹੁੰਚੇ ਹਾਂ। 4 ਭੈਣ ਭਰਾ ਅਸੀਂ, ਵੱਡੀ ਭੈਣ ਡਿੰਪਲ ਦੀਦੀ, ਉਸ ਤੋਂ ਛੋਟੀ ਵਰਿੰਦਰ ਸਾਰਿਕਾ, ਤੀਜੇ ਨੰਬਰ 'ਤੇ ਮੈਂ ਲੱਗੀ, ਚੌਥੇ 'ਤੇ ਮੋਬਿਲ। ਛੋਟੇ ਨੂੰ ਵੀ ਤਕਰੀਬਨ 8 ਸਾਲ ਹੋ ਗਏ ਬਾਹਰ ਗਿਆ, 2 ਸਾਲ ਪਹਿਲਾਂ ਪੱਕਾ ਹੋਇਆ।
ਜਾਏ ਤੇਗ ਬਹਾਦਰ ਸਿਮਰਿਆ ਕਾਰਨ ਦਿਆਇਆ ਧਾਇਆ ਸਭ ਸਾਈ ਹੋਏ ਸਦਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਸਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਬ ਬੋਲੋ ਜੀ ਮਾਤਾ ਸਤਵੰਤ ਕੌਰ ਜੀ ਜੋ ਕਿ ਪਿਛਲੇ ਐਤਵਾਰ 20 ਮਈ 2018 ਨੂੰ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਅੰਤਮ ਅਰਦਾਸ ਅੱਜ ਮਿਤੀ 27/5/2018 ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੀਪਨਗਰ ਵਿਖੇ ਕੀਤੀ ਗਈ ਕੌਰ ਜੀ ਜੋ ਕਿ ਮੇਰੇ ਮਾਸੀ ਜੀ ਲੱਗਦੇ ਸਨ ਇਹਨਾਂ ਦਾ ਆਪਣੇ ਸਾਰੇ ਹੀ ਰਿਸ਼ਤੇਦਾਰਾਂ ਨਾਲ ਬਹੁਤ ਹੀ ਪਿਆਰ ਸੀ ਅਤੇ ਜਦੋਂ ਵੀ ਕੋਈ ਰਿਸ਼ਤੇਦਾਰ ਘਰ ਆਉਂਦਾ ਸੀ ਤਾਂ ਇਹਨਾਂ ਨੂੰ ਬਹੁਤ ਹੀ ਖੁਸ਼ੀ ਚੜ੍ਹ ਜਾਂਦੀ ਸੀ ਭਾਵੇਂ ਕਿ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਜਵਾਨ ਪੁੱਤਰ ਰਘਵੀਰ ਸਿੰਘ ਪੈਂਸ ਜੋ ਕਿ ਲਗਭਗ ਪਿਛਲੇ 12 ਸਾਲ ਪਹਿਲਾਂ ਸਵਰਗ ਸਾਰ ਗਏ ਸਨ ਉਹਨਾਂ ਦਾ ਵੀ ਦੁੱਖ ਇਹਨਾਂ ਦੇ ਸਿਰ 'ਤੇ ਸੀ ਪਰ ਫਿਰ ਵੀ ਇਹਨਾਂ ਨੇ ਆਪਣੇ ਪਰਿਵਾਰ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਪਾਲਿਆ ਪੋਸਿਆ ਉਹਨਾਂ 'ਤੇ ਰਹਿਨਮਾਈ ਕੀਤੀ ਹੈ ਅਤੇ ਜੋ ਵੀ ਇਹਨਾਂ ਦੇ ਰਿਸ਼ਤੇਦਾਰ ਦੂਰ ਨੇੜੇ ਤੋਂ ਆਉਂਦੇ ਸਨ ਉਹਨਾਂ ਨਾਲ ਬਹੁਤ ਹੀ ਪਿਆਰ ਕਰਦੇ ਸਨ ਪਿਛਲੇ ਲਗਭਗ 6 ਮਹੀਨੇ ਤੋਂ ਇਹਨਾਂ ਦੀ ਤਬੀਅਤ ਖਰਾਬ ਹੋ ਰਹੀ ਸੀ ਅਤੇ 2-3 ਵਾਰ ਹਸਪਤਾਲ ਵਿੱਚ ਦਾਖਲ ਵੀ ਕਰਾਉਣਾ ਪਿਆ ਪਰ ਇਸ ਦੇ ਬਾਵਜੂਦ ਇਹਨਾਂ ਨੇ ਆਪਣਾ ਹੌਸਲਾ ਨਹੀਂ ਛੱਡਿਆ ਅਤੇ ਜੋ ਇਹਨਾਂ ਦੇ ਬੱਚਿਆਂ ਨੇ ਪਰਿਵਾਰ ਨੇ ਬੇਟੇ ਨੇ ਅਤੇ ਨੂੰਹਾਂ ਨੇ ਸੇਵਾ ਕੀਤੀ ਹੈ ਅਤੇ ਜੋ ਇਹਨਾਂ ਦਾ ਪੋਤਰਾ ਬਾਹਰ ਬੈਠਾ ਸੀ ਮਨਪ੍ਰੀਤ ਬੈਂਸ ਉਹ ਵੀ ਹਰ ਰੋਜ਼ ਇਹਨਾਂ ਦਾ ਹਾਲ ਚਾਲ ਪੁੱਛਦਾ ਸੀ ਅਤੇ ਜਿਸ ਦਿਨ ਇਹ ਅਕਾਲ ਚਲਾਣਾ ਕਰਦੇ ਹਨ ਉਸ ਦਿਨ ਜੋ ਲਾਸਟ ਇਹਨਾਂ ਦੀ ਗੱਲ ਤਾਂ ਅਸੀਂ ਨਹੀਂ ਕਹਿ ਸਕਦੇ ਵਟਸਐਪ ਦੇ ਉੱਪਰ ਇਹਨਾਂ ਨੂੰ ਇਹਨਾਂ ਦਾ ਫੇਸ ਨੂੰ ਦਿਖਾਇਆ ਜਾ ਰਿਹਾ ਸੀਗਾ
ਇਹਨਾਂ ਦੀ ਆਵਾਜ਼ ਨਹੀਂ ਸੀ ਨਿਕਲ ਰਹੀ, ਅੱਖਾਂ ਵੀ ਬੰਦ ਸਨ, ਪਰ ਉਸ ਦਿਨ ਲਾਸਟ ਟਾਈਮ 'ਤੇ ਜਦੋਂ ਉਸ ਨੂੰ ਦਿਖਾ ਰਹੇ ਸਨ ਤਾਂ ਉਸੇ ਟਾਈਮ 'ਤੇ ਹੀ ਇਹਨਾਂ ਨੇ ਆਪਣੇ ਆਖਰੀ ਸਵਾਸ ਜੋ ਹਨ ਆਪਣੇ ਬੱਚਿਆਂ ਦੇ ਗੋਦ ਵਿੱਚ ਲਏ ਹਨ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅੱਜ ਮਿਤੀ 27/5/2018 ਨੂੰ ਜੋ ਇਹਨਾਂ ਦੀ ਅੰਤਮ ਅਰਦਾਸ ਵਿੱਚ ਸਾਰਾ ਪਰਿਵਾਰ ਅਤੇ ਚੌੜਾ ਬਾਜ਼ਾਰ ਅਤੇ ਕੁਮਾਰ ਮੰਡੀ ਮਾਰਕੀਟ ਤੋਂ ਸਾਰੇ ਹੀ ਦੁਕਾਨਦਾਰ ਅਤੇ ਸਾਰੇ ਹੀ ਰਿਸ਼ਤੇਦਾਰ ਹੁੰਮ ਹੁਮਾ ਕੇ ਪੁੱਜੇ ਹਨ ਅਤੇ ਇਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਪਰਮਾਤਮਾ ਵਿਚਲੀ ਹੋਈ ਆਤਮਾ ਨੂੰ ਆਪਣੇ ਚਰਨ ਕਮਲ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੋਂ ਪਰਿਵਾਰ ਨੂੰ ਭਾਲਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੱਲ ਕਰਨ ਜਾ ਰਿਹਾ ਆਪਣੀ ਦਾਦੀ ਦੀ, ਸਤਵੰਤ ਕੌਰ ਬੀਜੀ ਦੀ। ਬੀਜੀ ਸਾਡੇ ਉਹ ਬੋਰਡ ਦਾ ਪਿੱਕ ਸੀ ਜਿਨ੍ਹਾਂ ਨੇ ਸਾਰਿਆਂ ਨੂੰ ਇੱਕ ਦੂਜੇ ਨਾਲ ਮੇਲ ਜੋੜ ਕੇ ਕਿ ਇਕੱਲੇ ਇਕੱਲੇ ਬੰਦੇ ਨੂੰ ਇੱਕ ਦੂਜੇ ਨਾਲ ਪਿਆਰ ਕਰਨਾ ਸਿਖਾਇਆ ਸਾਨੂੰ। ਅੱਜ ਅਸੀਂ ਜੋ ਵੀ ਹਾਂ ਉਹਨਾਂ ਦਾ ਪਿਆਰ ਸਦਕਾ, ਉਹਨਾਂ ਦੇ ਸੰਸਕਾਰ, ਉਹਨਾਂ ਦੇ ਸਭ ਕੁਝ। ਮੈਂ ਤੁਹਾਨੂੰ ਕੀ ਗੱਲ ਕਹਾਂ ਕਿ ਅਸੀਂ ਕਿ ਸ਼ਬਦ ਨਹੀਂ ਹੈਗੇ ਉਹਨਾਂ ਦੇ ਪ੍ਰਤੀ ਜੋ ਅਸੀਂ ਹੈਗੇ ਹਾਂ ਇਸ ਟਾਈਮ। ਬਹੁਤ ਪਿਆਰ ਸਾਰਿਆਂ ਨਾਲ, ਛੋਟੇ ਤੋਂ ਲੈ ਕੇ ਵੱਡੇ ਤੱਕ ਹਰੇਕ ਬੰਦੇ ਨਾਲ ਉਹਨਾਂ ਦਾ ਪਿਆਰ ਸੀ ਮੁਹੱਲੇ 'ਚ। ਹੁਣ ਮੈਂ ਇਹ ਗੱਲ ਕਰਨ ਜਾ ਰਿਹਾ ਕਿ 20 ਮਈ 2018 'ਚ ਉਹਨਾਂ ਦਾ ਸਵੇਰੇ 9:30 ਛੋਟੇ ਭਰਾ ਦਾ ਬਾਹਰੋਂ ਫੋਨ ਆਇਆ ਸੀ। ਫੋਨ ਕਰਦੇ ਕਰਦੇ ਹੀ ਉਹਨਾਂ ਦੇ ਸਵਾਸ ਨਿਕਲੇ। ਉਸ ਤੋਂ ਬਾਅਦ ਮੈਂ ਗੱਲ ਕੀ ਕਰ ਸਕਦਾ ਕਿ ਉਸ ਵੇਲੇ ਤਾਂ ਛੋਟਾ ਭਰਾ ਵੀ ਦੇਖਦਾ ਪਿਆ ਸੀ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਅੱਥਰੂ। 10-15 ਮਿੰਟ ਦੇ ਵਿੱਚ ਸਾਰਾ ਕਾਰਜ ਹੋ ਗਿਆ, ਸਾਨੂੰ ਸੇਵਾ ਦਾ ਐਂਡਲੇ ਮੌਕਾ ਹੀ ਨਹੀਂ ਮਿਲਿਆ। ਬਾਕੀ ਉਹਨਾਂ ਨੇ ਆਪਣੀ ਯਾਤਰਾ ਬਹੁਤ ਵਧੀਆ ਕੀਤੀ ਆ, ਸਾਰੇ ਖੁਸ਼ ਨੇ ਉਹਨਾਂ ਵੱਲੋਂ। ਸਾਨੂੰ ਬਹੁਤ ਖੁਸ਼ੀ ਹੈ ਕਿ ਸਾਨੂੰ ਸਭ ਕੁਝ ਬੰਦਾ ਧੰਨ ਨਾਲ ਵੀ ਝੋਲੀਆਂ ਪਾ ਦਿੱਤੇ ਗਏ ਆ ਅਤੇ ਸੰਸਕਾਰ ਵੱਲੋਂ ਵੀ ਜਾਣ ਲੱਗੇ ਵੀ ਜਿੱਥੇ ਵੀ ਜਾਣਾ ਅਤੇ ਸਾਰੀਆਂ ਗੱਲਾਂ ਉਹਨਾਂ ਦੀਆਂ ਚੇਤੇ ਕਰਦੀਆਂ ਸਨ। ਮੇਰੇ ਫਾਦਰ ਸਾਹਿਬ ਸਰਦਾਰ ਰਵੀਰ ਸਿੰਘ ਬੈਂਸ, ਉਹਨਾਂ ਦੀ ਡੈਥ 27 ਦਸੰਬਰ 2007 ਵਿੱਚ ਹੋਈ। ਮਦਰ ਸਾਡੇ ਨੇ ਸਾਨੂੰ ਸਾਰਾ, ਅਸੀਂ ਛੋਟੇ ਹੀ ਸੀਗੇ ਉਦੋਂ, 13 ਸਾਲ ਹੋ ਗਏ ਇਸ ਗੱਲ ਨੂੰ। ਬੜਾ ਮਾਤਾ ਜੀ ਨੇ ਸਾਡੇ ਸਾਰੇ, ਅਸੀਂ 4 ਭੈਣ ਭਰਾ, ਵੱਡੀ ਭੈਣ ਪਿੰਪਲ ਦੀਦੀ, ਛੋਟੀ ਉਸ ਤੋਂ ਵਰਿੰਦਰ ਕੌਰ ਸਾਰਿਕਾ, ਤੀਸਰੇ ਨੰਬਰ 'ਤੇ ਮੈਂ ਗੁਰਪ੍ਰੀਤ, ਚੌਥੇ ਨੰਬਰ 'ਤੇ ਮਨਪ੍ਰੀਤ, 4 ਭੈਣ ਭਰਾ ਸਾਰੇ ਜਾਣੇ। ਡੈਡੀ ਤੋਂ, ਪਾਪਾ ਤੋਂ ਕਰ, ਪਾਪਾ ਤੋਂ ਸ਼ੁਰੂ ਕਰ ਦਿਓ। ਪਿਤਾ ਜੀ ਸਾਡੇ ਸਰਦਾਰ ਰਵੀਰ ਸਿੰਘ ਬੈਂਸ, ਉਹਨਾਂ ਦੀ 28 ਦਸੰਬਰ 2007 ਵਿੱਚ ਡੈਥ ਹੋਈ। ਅਸੀਂ ਉਦੋਂ ਛੋਟੇ ਸੀ, ਸਾਡੀ ਮਦਰ ਨੇ ਸਾਨੂੰ ਪੂਰਾ ਸਹਾਰਾ, ਸਾਰੇ ਭੈਣ ਭਰਾਵਾਂ ਦਾ ਸਹਾਰਾ, ਬੜਾ ਹੀ ਪਿਆਰ ਮਿਲਿਆ ਦਾਦੀ ਦੇ ਕੋਲੋਂ। ਜੋ ਵੀ ਆ ਉਹਨਾਂ ਦੀ ਰਹਿਮ ਸਦਕੇ ਹਾਂ ਜਿੱਥੇ ਵੀ ਪਹੁੰਚੇ ਹਾਂ। 4 ਭੈਣ ਭਰਾ ਅਸੀਂ, ਵੱਡੀ ਭੈਣ ਡਿੰਪਲ ਦੀਦੀ, ਉਸ ਤੋਂ ਛੋਟੀ ਵਰਿੰਦਰ ਸਾਰਿਕਾ, 3 ਨੰਬਰ 'ਤੇ ਮੈਂ ਲੱਗੀ, 4 'ਤੇ ਮੋਗਲ। ਛੋਟੇ ਨੂੰ ਵੀ ਤਕਰੀਬਨ 8 ਸਾਲ ਹੋ ਗਏ ਬਾਹਰ ਗਿਆ, 2 ਸਾਲ ਪਹਿਲਾਂ ਪੱਕਾ ਹੋਇਆ, ਉਹਦਾ ਮੈਰਿਜ ਸੱਦ ਗਿਆ। ਇੱਕ ਮਿੰਟ ਰੁਕਿਆ ਭਾਅ ਜੀ,
Oh.
Yeah.
ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਹ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਤਿੰਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਾਏ। ਸ੍ਰੀ ਹਰਕ੍ਰਿਸ਼ਨ ਧਿਆਈ ਸਿਠੇ ਸਭ ਸਭ ਜਾਏ। ਤੇਗ ਬਹਾਦਰ ਸਿਮਰੈ ਕਾਰਨ ਦਿਆਵੈ ਧਾਏ। ਸਭ ਸਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਸਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾੜੀਆਂ ਮੁੱਦਿਆਂ ਹੱਠੀਆਂ ਜੱਦੀਆਂ ਕੱਦੀਆਂ ਜਿਨ੍ਹਾਂ ਨਾਮ ਲੱਭਿਆ ਵੰਡ ਛਕਿਆ ਦੇਖ ਚਲਾਈ ਦੇਖ ਲਾਈ ਦੇਖ ਕੇ ਦਿਲ ਕੀਤਾ ਤਿੰਨਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀਰ ਸੀ ਦਿੱਤੇ ਬੰਦ ਬੰਦ ਕਟਾਏ ਟੋਕਰੀਆਂ ਲੁਹਾਈਆਂ ਚਰਚੀਆਂ ਦੇ ਚੜੇ ਕੰਧਾਰਿਆਂ ਨਾਲ ਚਲਾਏ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਖਾ ਰਿਹਾ ਸਿੱਖੀ ਕੇਸਾਂ ਸਵਾਸਾਂ ਨਾਲ ਮਧਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਤਾਤ ਗੁਰਦੁਆਰਿਆਂ ਵਾਹਿਗੁਰੂ 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 ਚਿਤਿਆਵੈ ਚੇਤਿਆਵ ਕਾ ਸਦਕਾ ਸਤ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਦੇਖ ਬੰਦੇ ਜਗਤ ਕੀ ਪੈ ਪੰਥ ਕੀ ਦੇਖ ਸ੍ਰੀ ਸਾਹਿਬ ਜੀ ਸਹਾਰੇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇਸ਼ ਨਾਮ ਚੌਂਕੀਆਂ ਝੰਡੇ ਗੁੰਗੇ ਜੋ ਜੋਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਨਾਮੀ ਮਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਇਤ ਕਾਰ ਦਿਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਲਾ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਖੇਲ ਮਾਣਿਆਂ ਦੇ ਮਾਣ ਬਤਾਣਿਆਂ ਦੇ ਨਾਮ ਯੋਧਿਆਂ ਦੀ ਓਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨ ਕਮਲਾਂ ਪਾਸ ਸਰਦਾਰ ਸਾਹਿਬ ਜੀ ਆਦਿ ਜੀ ਦਾ ਫਰਮਾਨ ਹੈ ਜਿਹਾ ਜੀ ਵਿਖਿਆ ਤਿਹਾ ਭੋਗਦਿਆਂ ਹੋਇਆਂ ਇਸ ਫਾਨੀ ਸੰਸਾਰ ਤੋਂ ਕੋਚ ਕਰਕੇ ਆਪ ਜੀ ਦੇ ਚਰਨਾਂ ਵਿੱਚ ਜਾ ਕਰਾਂਦੇ ਹਾਂ ਸੱਚੇ ਪਾਤਸ਼ਾਹ ਜੀ ਨੂੰ। ਪਿੱਛੋਂ ਪਰਿਵਾਰ ਵੱਲੋਂ ਵਿਛੜੀ ਹੋਈ ਰੂਹ ਦੇ ਭਲੇ ਵਾਸਤੇ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀਪਨਗਰ ਵਿਖੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਦੀਵਾਨ ਸਜਾਏ ਗਏ ਸੱਚੇ ਹੋਏ ਦੀਵਾਨਾਂ ਵਿੱਚ ਆਪ ਜੀ ਦੀ ਵਿਰਾਗਮਈ ਬਾਣੀ ਦੇ ਕੀਰਤਨ ਹੋਏ ਸੱਚੇ ਪਾਤਸ਼ਾਹ ਜੀ ਛੇ ਪੌੜੀਆਂ ਅੰਤ ਸਾਹਿਬ ਦੀ ਅਰਦਾਸ ਹੈ ਰਾਗੀ ਸਿੰਘਾਂ ਪਾਸੋਂ ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਇੱਕ ਹਰੇਕ ਪ੍ਰਕਾਰ ਦੀਆਂ ਭੁੱਲਾਂ ਬੋਲੀਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਵਾਸਤੇ ਸੁਧ ਸਪਸ਼ਟ ਗੁਰਬਾਣੀ ਪੜ੍ਹਨੀ ਕੀਰਤਨ ਕਰਦੇ ਸਮਰੱਥਾ ਬਖਸ਼ਿਸ਼ ਕਰਦੀ ਦਾਤਾਈ ਸੰਗਤ ਦੀ ਹਾਜ਼ਰੀ ਦਾ ਪ੍ਰਵਾਨ ਕਰਨੀ ਦਿਲ ਫੁੱਲ ਬਿਠਾਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਚੱਲਿਆ ਲੇਖੇ ਵਿੱਚ ਲਾਉਣਾ ਕੀਰਤਨ ਦਾ ਭਾਵ ਦਾਤਾਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਬਾਣੀ ਬਾਣੀ ਨਾਲ ਪ੍ਰੇਮ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਤੇ ਮੇਲ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਹਰ ਬਦਾਂ ਦੇ ਫਤਿਹ ਕਰਨੀ ਵਿਛੜੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਾ
Thank you.
ਸਪਿਰਿਟ ਕਿਹੜੀ? ਦੁਆਰਾ ਉਹਨਾਂ ਵਿੱਚ ਜਿਹੜਾ ਮਨੁੱਖੀ ਜੀਵਨ